ਅਮਰ ਨਿਊਜ਼ ਅਤੇ ਮੈਂ ਹਾਂ ਸ਼ਾਲੋ ਮਿਰੋਕ। ਅੱਜ ਤੁਹਾਨੂੰ ਘੁੰਮਾਉਣ ਦੇ ਲਈ ਇੱਕ ਅਜਿਹੀ ਜਗ੍ਹਾ 'ਤੇ ਲੈ ਕੇ ਜਾਵਾਂਗੇ ਜਿਸ ਨੂੰ ਦੇਖ ਕੇ ਤੁਹਾਡੇ ਮੂੰਹੋਂ ਵੀ ਨਿਕਲੇਗਾ ਵਾਓ। ਧਿਆਨ ਦੱਸ ਦਈਏ ਕਿ ਜੇਕਰ ਪੰਜਾਬ ਤੋਂ ਬਾਹਰ ਕਿਤੇ ਘੁੰਮਣ ਦਾ ਤੁਸੀਂ ਪਲੈਨ ਕਰ ਰਹੇ ਹੋ ਤਾਂ ਉਸਦੀ ਤੁਹਾਨੂੰ ਹੁਣ ਜ਼ਰੂਰਤ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਹੀ ਇੱਕ ਅਜਿਹੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਜਿੱਥੇ ਤੁਹਾਡੀ ਰੂਹ ਨੂੰ ਸਕੂਨ ਮਿਲੇਗਾ। ਤਾਂ ਦੇਰ ਕਿਸ ਗੱਲ ਦੀ, ਆਓ ਚੱਲਦੇ ਹਾਂ। ਮੌਸਮ ਸੋਹਣਾ ਹੋਏ ਤੇ ਬੋਟਿੰਗ ਦਾ ਕਿਸਦਾ ਜਿਹੜਾ ਦਿਲ ਨਹੀਂ ਕਰਦਾ, ਤਾਂ ਬੋਟਿੰਗ ਕਰਨ ਦੇ ਲਈ ਤੁਹਾਨੂੰ ਲੈ ਕੇ ਆਏ ਹਾਂ। ਤਸਵੀਰਾਂ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੋਟਿੰਗ ਜਿਹੜੀ ਹੈ ਹੋ ਰਹੀ ਹੈ। ਤਾਂ ਆਓ ਅੱਗੇ ਚੱਲਦੇ, ਅੱਗੇ ਦਿਖਾਉਂਦੇ ਹਾਂ ਕਿ ਕੀ ਇੱਥੋਂ ਦਾ ਦਿਲਕਸ਼ ਜਿਹੜਾ ਨਜ਼ਾਰਾ ਹੈ ਉਸਦੇ ਵੀ ਤੁਹਾਨੂੰ ਜਿਹੜਾ ਜ਼ਰੂਰ ਦਰਸ਼ਨ ਕਰਵਾਵਾਂਗੇ। ਲੁਤਫ ਤੁਸੀਂ ਵੀ ਉਠਾ ਸਕਦੇ ਹੋ ਇਸ ਜਗ੍ਹਾ 'ਤੇ, ਆ ਕੇ ਬੋਟਿੰਗ ਕਰ ਸਕਦੇ ਹੋ। ਤਾਂ ਆਓ ਚੱਲਦੇ। ਤੁਸੀਂ ਦੇਖਿਆ ਬੋਟਿੰਗ ਦਾ ਨਜ਼ਾਰਾ, ਅਤੇ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਬੈਠੇ ਬਿਠਾਏ ਹਿਮਾਚਲ ਦੇ ਵੀ ਦਰਸ਼ਨ ਕਰਵਾਵਾਂਗੇ। ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਜਿਹੜਾ ਸ਼ਿਮਲੇ ਲੋਕ ਜਾਣ ਦੇ ਜਿਹੜਾ ਬੜੇ ਇੱਛੁਕ ਹੁੰਦੇ ਆ। ਤਾਂ ਹੂ ਬਹੁਤ ਤਸਵੀਰ ਤੁਹਾਨੂੰ ਦੇਖਣੀ ਹੋਏਗੀ, ਪੂਰੀ ਹਿਮਾਚਲ ਦੀ ਜਿਹੜੀ ਤਸਵੀਰ ਹੈ ਉਹ ਜਿਹੜੀ ਹੈ ਪੰਜਾਬ ਦੇ ਵਿੱਚ ਹੀ ਤੁਸੀਂ ਹੁਣ ਬੈਠ ਕੇ ਉਸਦਾ ਆਨੰਦ ਮਾਣ ਸਕਦੇ ਹੋ, ਉਸਦਾ ਲੁਤਫ ਉਠਾ ਸਕਦੇ ਹੋ। ਇਸ ਜਗ੍ਹਾ 'ਤੇ ਅਗਰ ਤੁਸੀਂ ਵੀਕੇਸ਼ਨ ਦੇ ਲਈ ਆਉਣਾ ਚਾਹੁੰਦੇ ਹੋ ਤਾਂ ਤੁਹਾਡਾ ਦਿਨ ਬਣ ਜਾਏਗਾ, ਮੈਂ ਇਹ ਕਹਿ ਸਕਦੀ ਹਾਂ, ਕਿਉਂਕਿ ਬਹੁਤ ਹੀ ਦਿਲਕਸ਼ ਜਿਹੜਾ ਨਜ਼ਾਰਾ ਹੈ ਉਹ ਦੇਖਣ ਨੂੰ ਇੱਥੇ ਮਿਲ ਰਿਹਾ। ਤਾਂ ਫਿਲਹਾਲ ਇੰਨਾ ਹੀ ਨਹੀਂ, ਹੋਰ ਤੁਹਾਨੂੰ ਅੱਗੇ ਵੀ ਲੈ ਕੇ ਚੱਲਾਂਗੇ, ਹੋਰ ਵੀ ਇਸ ਇੱਕ ਜਗ੍ਹਾ 'ਤੇ ਤੁਹਾਨੂੰ ਅਲੱਗ ਅਲੱਗ ਥਾਵਾਂ 'ਤੇ ਜਿਹੜੇ ਆ ਉਹ ਅਸੀਂ ਦੇ ਬਾਰੇ ਦੱਸਾਂਗੇ, ਵੀ ਜਾਣੂ ਕਰਵਾਵਾਂਗੇ, ਅਤੇ ਉੱਥੋਂ ਦਾ ਆਨੰਦ ਤੁਸੀਂ ਵੀ ਮਾਣੋ। ਸ਼ਿਮਲਾ ਦੇਖਿਆ ਅਤੇ ਜੰਮੂ ਕਸ਼ਮੀਰ ਜਾਣ ਦਾ ਕਿਸਦਾ ਮਨ ਨਹੀਂ ਕਰਦਾ, ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦੇਖਣ ਦਾ ਕਿਸਦਾ ਮਨ ਨਹੀਂ ਕਰਦਾ, ਬਰਫੀਲੇ ਜਿਹੜੇ ਪਹਾੜ ਨੇ ਉਹ ਦੇਖਣ ਦਾ ਕਿਸਦਾ ਮਨ ਨਹੀਂ ਕਰਦਾ। ਤਾਂ ਪੰਜਾਬ ਬੈਠੇ ਬੈਠੇ ਤੁਸੀਂ ਉਸ ਖੂਬਸੂਰਤੀ ਦਾ ਵੀ ਲੁਤਫ ਉਠਾ ਸਕਦੇ ਹੋ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਰਫ਼ ਦੇ ਨਾਲ ਜਿਹੜੇ ਢਕੇ ਹੋਏ ਬਰਫੀਲੇ ਜਿਹੜੇ ਪਹਾੜ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਛ ਬਿਆਨ ਕਰ ਰਹੇ ਨੇ। ਬੜਾ ਦਿਲਕਸ਼ ਜਿਹੜਾ ਨਜ਼ਾਰਾ ਹੈ, ਖੂਬਸੂਰਤ ਤਸਵੀਰਾਂ ਨੇ। ਪਠਾਨਕੋਟ ਦੇ ਵਿੱਚ ਬੈਠੇ ਬਿਠਾਏ ਤੁਸੀਂ ਇਹਨਾਂ ਤਸਵੀਰਾਂ ਨੂੰ, ਇਹ ਚੀਜ਼ਾਂ ਨੂੰ ਦੇਖ ਸਕਦੇ ਹੋ, ਇਸ ਦਾ ਆਨੰਦ ਜਿਹੜਾ ਮਾਣ ਸਕਦੇ ਹੋ। ਤੁਹਾਨੂੰ ਹੁਣ ਕਿਤੇ ਦੂਰ ਅਗਰ ਨਹੀਂ ਹੈ ਜ਼ਿਆਦਾ ਟਾਈਮ ਤੁਹਾਡੇ ਕੋਲ ਵੀਕਐਂਡ ਦੇ ਵਿੱਚ, ਤਾਂ ਤੁਸੀਂ ਘੱਟ ਸਮੇਂ ਦੇ ਵਿੱਚ ਵੱਧ ਚੀਜ਼ਾਂ ਦਾ ਜਿਹੜਾ ਲੁਤਫ ਉਠਾ ਸਕਦੇ ਹੋ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਪਹਾੜ ਆਪਣੇ ਆਪ ਦੇ ਵਿੱਚ ਬਹੁਤ ਕੁਛ ਬਿਆਨ ਕਰ ਰਹੇ ਨੇ। ਤਾਂ ਹੀ ਸ਼ਾਇਦ ਕਹਿੰਦੇ ਨੇ ਕਿ ਜੇਕਰ ਖੁਦ ਨੂੰ ਪਾਉਣਾ ਹੈ ਤਾਂ ਖੁਦ ਨੂੰ ਭੁੱਲਣਾ ਪਏਗਾ। ਅਤੇ ਇਸ ਜਗ੍ਹਾ ਦੀ ਇਹ ਖਾਸੀਅਤ ਕਹਿ ਸਕਦੇ ਹਾਂ, ਕਿਉਂਕਿ ਪਹਿਲੀ ਦਫ਼ਾ ਮੈਂ ਖੁਦ ਇੱਥੇ ਪਹੁੰਚੀ ਹਾਂ, ਤਾਂ ਇੱਕ ਵਾਰ ਆਪਣਾ ਆਪ ਸਭ ਕੁਛ ਤੁਸੀਂ ਜ਼ਰੂਰ ਭੁੱਲ ਜਾਓਗੇ। ਅਤੇ ਬਹੁਤ ਹੀ ਜਿਹੜਾ ਰੂਹ ਨੂੰ ਸਕੂਨ ਦੇਣ ਵਾਲਾ ਜਿਹੜਾ ਇੱਥੇ ਨਜ਼ਾਰਾ ਹੈ ਉਹ ਵੇਖਣ ਨੂੰ ਮਿਲਦਾ ਹੈ। ਬਰਫ਼ ਨਾਲ ਢਕੇ, ਚਾਹੇ ਉਹ ਪਹਾੜ ਹੋਣ, ਚਾਹੇ ਫਿਰ ਉਹ ਪਾਣੀ ਦੀਆਂ ਜਿਹੜੀਆਂ ਲਹਿਰਾਂ ਹੋਣ, ਚਾਹੇ ਹਵਾ ਦੇ ਝੋਕੇ ਹੋਣ, ਆਪਣੇ ਆਪ ਦੇ ਵਿੱਚ ਬਹੁਤ ਕੁਛ ਬਿਆਨ ਕਰਦੇ ਨੇ। ਕੁਦਰਤ ਦੀ ਜਿਹੜੀ ਖੂਬਸੂਰਤੀ ਹੈ ਉਹ ਇਹਨਾਂ ਜਗ੍ਹਾ ਇਸ ਜਗ੍ਹਾ 'ਤੇ ਆ ਕੇ ਤੁਸੀਂ ਉਸ ਦਾ ਆਨੰਦ ਜਿਹੜਾ ਉਹ ਮਾਣ ਰਹੇ ਹੋ। ਝੂਲੇ ਦੇ ਵਿੱਚ
ਝੂਲਣ ਤੋਂ ਬਾਅਦ ਆਪਣੇ ਵਤਨ ਆਪਣੀ ਮਿੱਟੀ ਦੀ ਹਰ ਕਿਸੇ ਨੂੰ ਯਾਦ ਆਉਂਦੀ ਹੈ ਤਾਂ ਉਸ ਮਿੱਟੀ ਦਾ ਨਜ਼ਾਰਾ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਆਪਣੇ ਵਤਨ ਦੀ ਆਪਣੇ ਮਿੱਟੀ ਜਿਹੜੀ ਹੁੰਦੀ ਹੈ ਉਸਦਾ ਕਿਤੇ ਨਾ ਕਿਤੇ ਸਵਾਦ ਅਸੀਂ ਕਹਿ ਦਈਏ ਉਸਦੀ ਖੁਸ਼ਬੂ ਜਿਹੜੀ ਹੈ ਉਹ ਵੱਖਰੀ ਹੀ ਹੁੰਦੀ ਹੈ ਜਿਹੜੀ ਕਿ ਰੂਹ ਨੂੰ ਸਕੂਨ ਦਿੰਦੀ ਹੈ ਤਾਂ ਇੱਕੋ ਜਗ੍ਹਾ 'ਤੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਉਹ ਮਿਲੇਗੀ ਚਾਹੇ ਉਹ ਫਿਰ ਮਿੱਟੀ ਹੋਏ ਉਹ ਪਾਣੀ ਹੋਏ ਉਹ ਹਵਾ ਹੋਏ ਉਹ ਪਹਾੜ ਹੋਣ ਹਰ ਇੱਕ ਚੀਜ਼ ਦਾ ਤੁਸੀਂ ਆਨੰਦ ਜਿਹੜਾ ਇੱਥੇ ਮਾਣ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਹਰ ਇੱਕ ਚੀਜ਼ ਜਿਵੇਂ ਕੁਦਰਤ ਨੇ ਬੜੇ ਹੀ ਰੀਝਾਂ ਦੇ ਨਾਲ ਜਿਹੜੀ ਇਹ ਚੀਜ਼ ਸੰਜੋਈ ਹੋਏ ਬੜਾ ਦਿਲਕਸ਼ ਜਿਹੜਾ ਨਜ਼ਾਰਾ ਹੈ ਉਹ ਪੇਸ਼ ਕਰਦੀ ਹੈ ਰੂਹ ਨੂੰ ਖੁਸ਼ ਕਰਦੀ ਹੈ ਰੂਹ ਨੂੰ ਸ਼ਾਂਤੀ ਦਿੰਦੀ ਹੈ ਅਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਿੱਟੀ ਦੀ ਖੁਸ਼ਬੂ ਲੈ ਲਈ ਪਾਣੀ ਲਹਿਰਾਉਂਦਾ ਦੇਖ ਲਿਆ ਪਹਾੜ ਜਿਹੜੇ ਨੇ ਉਹ ਬਰਫ਼ ਦੇ ਨਾਲ ਸ਼ਿੰਗਾਰੇ ਹੋਏ ਦੇਖ ਲਏ ਪਰ ਹਵਾ ਨੂੰ ਅਸੀਂ ਕਿੰਝ ਭੁੱਲ ਜਾਈਏ ਜਿਹੜੀ ਸਾਨੂੰ ਸਾਹ ਦਿੰਦੀ ਹੈ ਹਵਾ ਵੀ ਇੱਥੋਂ ਦੀ ਬਹੁਤ ਖੂਬਸੂਰਤ ਮਹਿਕਾਂਗੀ ਹੈਗੀ ਹੈ ਕਿਉਂਕਿ ਹਵਾ ਦੇ ਵਿੱਚ ਜਿਹੜੀ ਮਹਿਕ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਆਨੰਦ ਦਿੰਦੀ ਹੈ ਇਸ ਹਵਾ ਦੇ ਵਿੱਚ ਤੁਸੀਂ ਜਾਣ ਦੇ ਲਈ ਦੇਖ ਸਕਦੇ ਹੋ ਤਸਵੀਰ ਕਿ ਇੱਕ ਜਿਹੜਾ ਹੋਟ ਏਅਰ ਬੈਲੂਨ ਹੈ ਉਸਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਪਰਿੰਦਾ ਜਿਹੜਾ ਸਮਝ ਕੇ ਹਵਾ ਦੇ ਵਿੱਚ ਉਡਾਰੀਆਂ ਮਾਰਦੇ ਤੁਸੀਂ ਨਜ਼ਰ ਆਓਗੇ ਇਹ ਪੂਰਾ ਜੰਗਲ ਦਾ ਵਿਊ ਜਿਹੜਾ ਹੈ ਤੁਹਾਨੂੰ ਇਸ ਲੋਕੇਸ਼ਨ ਦਾ ਜਿਹੜਾ ਵਿਊ ਹੈ ਉਹ ਦੇਖਣ ਨੂੰ ਮਿਲੇਗਾ ਇੱਕ ਇੱਕ ਚੀਜ਼ ਜਿਹੜੀ ਹੈ ਉਹ ਤੁਸੀਂ ਹਵਾ ਦੇ ਵਿੱਚ ਜਾ ਕੇ ਜਿਹੜਾ ਉਹ ਦੇਖ ਪਾਓਗੇ ਤਾਂ ਇਸ ਦਾ ਵੀ ਆਪਣਾ ਹੀ ਇੱਕ ਨਜ਼ਾਰਾ ਹੈ ਆਪਣਾ ਇੱਕ ਲੁਤਫ ਹੈ ਤਾਂ ਐਡਵੈਂਚਰ ਕਰਨ ਦੇ ਸ਼ੌਕੀਨ ਤਾਂ ਇਹ ਜਗ੍ਹਾ ਤੁਹਾਡੇ ਲਈ ਇਹ ਜਿਹੜਾ ਹੋਟਲ ਬੈਲੂਨ ਦਾ ਤਜਰਬਾ ਹੈ ਉਹ ਤੁਹਾਡੇ ਲਈ ਕਾਫੀ ਜ਼ਿਆਦਾ ਉਹ ਇੰਟਰਸਟਿੰਗ ਹੋਏਗਾ ਤਾਂ ਉਮੀਦ ਕਰਦੀ ਹਾਂ ਅੱਜ ਦਾ ਸਾਡਾ ਟ੍ਰਿਪ ਤੁਹਾਨੂੰ ਬਹੁਤ ਪਸੰਦ ਆਇਆ ਹੋਏਗਾ ਜੇਕਰ ਪਸੰਦ ਆਇਆ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਕਿੱਦਾਂ ਲੱਗੀ ਤੁਹਾਨੂੰ ਇਹ ਜਗ੍ਹਾ ਜਿੱਥੇ ਕੁਦਰਤ ਦਾ ਜਿਹੜਾ ਹੈ ਉਹ ਅਨੁਭਵ ਤੁਸੀਂ ਕਰ ਸਕਦੇ ਹੋ ਜਿਹੜੇ ਨੇਚਰ ਲਵਿੰਗ ਪਰਸਨਸ ਨੇ ਉਹਨਾਂ ਦੇ ਲਈ ਇੱਕ ਪਰਫੈਕਟ ਜਗ੍ਹਾ ਮੈਂ ਕਹਿ ਸਕਦੀ ਹਾਂ ਹੈ ਤਾਂ ਇੱਕ ਵਾਰ ਜ਼ਰੂਰ ਇਸ ਜਗ੍ਹਾ 'ਤੇ ਵਿਜ਼ਿਟ ਕਰਨਾ ਪਠਾਨਕੋਟ ਦੇ ਨੇੜੇ ਜਿਹੜਾ ਹੈ ਚਮਰੋੜ ਦੇ ਵਿੱਚ ਇਹ ਜਗ੍ਹਾ ਹੈ ਚਮਰੋੜ ਜਗ੍ਹਾ ਦਾ ਨਾਮ ਹੈ ਜਿੱਥੇ ਤੁਸੀਂ ਇਹਨਾਂ ਸਭ ਚੀਜ਼ਾਂ ਦਾ ਆਨੰਦ ਮਾਣ ਸਕਦੇ ਹੋ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਪਠਾਨਕੋਟ